श्रीकाल जी, स्वागत है जी। अद्धी होर नवी वीडियो के अद्धी वीडियो के आप जो अनबॉक्सिंग करा आप जो कुछ समान मंगाए थे अपने ट्रैक्टर के मॉडल के वास्ते तो वो अपने को पहुँच गया तो हूँ उन्होंने अनबॉक्सिंग करते हैं। तो हम जो स्टार्ट करते हैं। हाँ जी, तुम ये देख सकते हो, ये पाया अपना समान, ये तुम देख सकते हो जी। अपने को दो है, एक बॉक्स आ एक पैकेट आ। तो हूँ इनू आप ओपन करा तो फिर वधिया वधिया जिहड़े आपां मॉडल तैयार करांगे उहदे लई आपां सारा समान मंगाया। तो जे चैनल ते नवें चैनल नूं जरूर तो सबसक्राइब कर लिओ, क्योंकि आपां अग होर वीडियो जिहड़ी बनाउणियां ने मेकिंग दी। तो हुण जिहड़ा इहनूं ओपन करदे आ, सब तो पहला जिहड़ा पैकेट वाला खोल के दिखाने आ। ते जी पहला अपना पैकेट खोल लैने आ ते जिहड़ा ओपन करदे आ। ਅਤੇ ਜਿਹੜਾ ਸਾਰਾ ਸਮਾਨ ਆਪਾਂ ਐਮਾਜ਼ੋਨ ਵਗੈਰਾ ਤੋਂ ਨਹੀਂ ਮੰਗਾਇਆ, ਇਹ ਜਿਹੜਾ ਇੱਕ ਪਰਸਨਲ ਜਿਹੜਾ ਇੱਕ ਬਿਜ਼ਨਸ ਟਾਈਪ ਅਕਾਊਂਟ ਬਣਿਆ ਹੋਇਆ ਵਟਸਐਪ ਦੇ ਉੱਤੇ, ਅਤੇ ਉਹ ਜਿਹੜਾ ਇੱਦਾਂ ਦਾ ਇਲੈਕਟ੍ਰੋਨਿਕ ਸਾਰਾ ਸਮਾਨ ਰੱਖਦੇ ਆ, ਅਤੇ ਉੱਥੋਂ ਜਿਹੜਾ ਆਪਾਂ ਇਹ ਬਾਏ ਕੀਤਾ ਆ। ਤੁਸੀਂ ਦੇਖ ਸਕਦੇ ਹੋ ਜਿਹੜਾ ਸਾਰਾ ਸਮਾਨ ਹੈ, ਜਿਹੜਾ ਅੱਗੇ ਨੂੰ ਓਪਨ ਕਰਦੇ ਹਾਂ ਅਤੇ ਦੇਖਦੇ ਹਾਂ ਇਹਦੇ ਵਿੱਚ ਸਮਾਨ ਜਿਹੜਾ ਕੀ ਆ। ਪਹਿਲੇ ਜਿਹੜਾ ਆਪਾਂ ਮੰਗਾਏ ਨੇ ਟੂ ਪਿੰਨ ਵਾਲੇ ਜਿਹੜੇ ਪਲੱਗ ਹੈਗੇ ਆ, ਇੱਕ ਇਹਦੇ ਵਿੱਚ ਜਿਹੜੀ ਦੋ ਦੋ ਕਲਰ ਵਾਲੀ ਜਿਹੜੀ ਹੈ ਲਾਈਟ ਹੈਗੀ ਆ, ਇਹਦੇ ਵਿੱਚ ਇੱਕ ਲਾਈਟ 'ਚ ਜਿਹੜੇ ਦੋ ਰੰਗ ਬਲਦੇ ਆ। ਅਤੇ ਜਿਹੜੇ ਇੱਕ ਹੈਗੇ ਬਜ਼ਰ, ਇੱਕ ਹੋਰ ਸੀਗਾ ਜਿਹੜਾ, ਇਹ ਦੋ ਆਪਾਂ ਬਜ਼ਰ ਜਿਹੜੇ ਔਡਰ ਕੀਤੇ ਸੀਗੇ। ਅਤੇ ਜਿਹੜੇ ਬਟਨ ਨੇ, ਇਹਦੇ ਨਾਲ ਆਪਾਂ ਜਿਹੜਾ ਰਿਮੋਟ ਕੰਟਰੋਲ ਜਿਹੜਾ ਬਣਾ ਕੇ ਦੇਖਾਂਗੇ ਆਉਣ ਵਾਲੀ ਵੀਡੀਓ ਦੇ ਵਿੱਚ। ਅਤੇ ਜਿਹੜੇ ਆਪਾਂ ਟਰੈਕਟਰ ਦੇ ਵਾਸਤੇ ਮੰਗਾਏ ਆ, ਅਤੇ ਜਿਹੜੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜਿਹੜੀ ਛੋਟੇ ਸਾਈਜ਼ ਦੇ ਵਿੱਚ ਜਿਹੜੀ ਐੱਲ ਈ ਡੀ ਲਾਈਟ ਆ, ਇਹਨੂੰ ਵੀ ਆਪਾਂ ਦਿਖਾਵਾਂਗੇ ਖੋਲ੍ਹ ਕੇ। ਅਤੇ ਇੱਕ ਜਿਹੜੀ ਮਾਈਕਰੋ ਗੇਅਰ ਮੋਟਰ ਹੈਗੀ ਆ, ਬਹੁਤ ਹੀ ਛੋਟੇ ਸਾਈਜ਼ ਦੀ ਜਿਹੜੀ ਹੁੰਦੀ ਆ, ਅਤੇ ਮੈਟਲ ਦੇ ਗੇਅਰ ਜਿਹੜੇ ਇਹਦੇ ਵਿੱਚ ਯੂਜ਼ ਹੁੰਦੇ ਆ। ਅਤੇ ਡਰਿੱਲ ਦੇ ਵਾਸਤੇ ਆਪਾਂ ਜਿਹੜੀ ਬਿੱਟ ਔਡਰ ਕੀਤੀ ਸੀਗੀ। ਅਤੇ ਇੱਕ ਹੈਗੀ ਆਪਣੀ ਗੇਅਰ ਮੋਟਰ, ਇਹ ਜਿਹੜੇ ਆਪਾਂ ਚੱਕਣ ਵਾਸਤੇ ਬਰੀਕੀ ਕਈ ਵਾਰ ਜ਼ਰੂਰਤ ਪੈ ਜਾਂਦੀ ਆ, ਉਹਦੇ ਲਈ ਮੰਗਵਾਈ ਆ। ਅਤੇ ਹੋਰ ਇਹ ਜਿਹੜੀ ਬਹੁਤ ਹੀ ਛੋਟੇ ਸਾਈਜ਼ ਦੀ ਕੇ ਐੱਮ ਐੱਮ ਦੀ ਜਿਹੜੀ ਇਹ ਬਿੱਟਾਂ, ਚਾਰ ਬਿੱਟਾਂ ਜਿਹੜੀਆਂ ਆਪਾਂ ਮੰਗਵਾਈਆਂ ਨੇ। ਬਾਕੀ ਪੈਕਿੰਗ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਹੈਗੀ ਆ, ਸਾਰੀ ਜਿਹੜੀ ਇੱਕ ਇੱਕ ਚੀਜ਼ ਪਾਈ ਹੋਈ ਆ। ਅਤੇ ਹੁਣ ਜਿਹੜਾ ਆਪਾਂ ਵੱਡੇ ਵਾਲਾ ਬੋਕਸ ਜਿਹੜਾ ਖੋਲ੍ਹਦੇ ਹਾਂ, ਇਹ ਜਿਹੜੀ ਆਪਾਂ ਪਾਵਰ ਬੈਂਕ ਬਣਾਉਣ ਦੇ ਵਾਸਤੇ ਮੰਗਵਾਈ ਸੀਗੀ, ਤੁਸੀਂ ਦੇਖ ਸਕਦੇ ਹੋ ਅਤੇ ਇਹਨਾਂ ਨੂੰ ਅਲੱਗ ਰੱਖ ਲੈਂਦੇ। ਅਤੇ ਬਾਕੀ ਇਹਦੀ ਪੈਕਿੰਗ ਜਿਹੜੀ ਇਸੇ ਤਰ੍ਹਾਂ ਹੀ ਆ, ਵਧੀਆ ਆ। ਅਤੇ ਇਹ ਆਪਣੀ ਐੱਲ ਈ ਡੀ ਲਾਈਟ ਹੈਗੀ ਆ, ਅਤੇ ਗੇਅਰ ਮੋਟਰ ਤੁਸੀਂ ਦੇਖ ਸਕਦੇ ਹੋ ਛੋਟੇ ਸਾਈਜ਼ ਦੀ। ਅਤੇ ਬਾਕੀ ਇਹ ਜਿਹੜੀ ਗੇਅਰ ਮੋਟਰ ਦੀ ਸਪੀਡ ਵਾਸਤੇ ਵੀ ਆਪਾਂ ਮੰਗਵਾਇਆ, ਤੁਸੀਂ ਦੇਖ ਸਕਦੇ ਇਹਦੇ ਵਿੱਚ ਛੋਟੇ ਛੋਟੇ ਜਿਹੜੇ ਪਏ ਆ। ਅਤੇ ਇੱਕ ਬੈਟਰੀ ਵੀ ਹੈਗੀ ਆ, ਅਤੇ ਜਿਹੜੀ ਆਪਾਂ ਤਾਰ ਮੰਗਵਾਈ ਆ ਟਰੈਕਟਰਾਂ ਦੇ ਵਾਸਤੇ, ਅਤੇ ਬਾਕੀ ਇਹਦੀ ਤਾਰ ਦੀ ਕੁਆਲਿਟੀ ਜਿਹੜੀ ਥੋੜ੍ਹੀ ਜਿਹੀ ਖਰਾਬ ਲੱਗ ਰਹੀ ਆ, ਅਤੇ ਤੁਸੀਂ ਦੇਖ ਸਕਦੇ ਹੋ। ਬਾਕੀ ਆਪਾਂ 2 ਮੀਟਰ ਔਡਰ ਕੀਤੀ ਸੀਗੀ ਤਾਰ, ਜਿਹੜੀ ਮੈਨੂੰ ਇਹਦੇ ਵਿੱਚ ਜ਼ਿਆਦਾ ਵਧੀਆ ਨਹੀਂ ਲੱਗੀ, ਮੈਨੂੰ ਅਲੱਗ ਰੱਖ ਲੈਂਦੀ। ਅਤੇ ਇਹ ਦੋ ਹੈਗੀਆਂ ਨੇ ਲਾਈਟਾਂ, ਰੈੱਡ ਅਤੇ ਬਲੂ। ਇਹ ਹੈਗਾ ਆਪਣਾ ਜਿਹੜਾ ਵੋਲਟ ਮੀਟਰ, ਇਹਦੇ ਨਾਲ ਆਪਾਂ ਜਿਹੜਾ ਵੋਲਟ ਵਗੈਰਾ ਮਿਲਣ ਦੇ ਲੂਪ ਜਿਹੜਾ ਆਪਾਂ ਮੰਗਵਾਇਆ। ਅਤੇ ਬਹੁਤ ਹੀ ਛੋਟੇ ਸਾਈਜ਼ 'ਚ ਤੁਸੀਂ ਦੇਖ ਸਕਦੇ ਹੋ ਸਕਰੂ ਡਰਾਈਵਰ ਆ, ਇਹਦੇ ਨਾਲ ਜਿਹੜਾ ਆਪਾਂ ਬਰੀਕ ਵਾਲੇ ਨਟ ਜਿਹੜੇ ਖੋਲ੍ਹ ਸਕਦੇ ਹਾਂ, ਜਿਵੇਂ ਸਰਵੋ ਮੋਟਰ ਹੋ ਗਈ ਉਹਦੇ ਲਈ ਆਪਾਂ ਸਪੈਸ਼ਲ ਮੰਗਵਾਇਆ। ਅਤੇ ਇੱਕ ਜਿਹੜਾ ਛੋਟੇ ਸਾਈਜ਼ ਦਾ ਬੋਰਡ, ਇਹ ਹੈਗਾ ਹੈ ਜਿਹੜੀ ਹੀਟ ਹੋਣ ਵਾਲੀ, ਜਿਹੜੀ ਆਪਾਂ ਪਾਈਪ ਜਿਹੜੀ ਗਰਮ ਕਰਕੇ ਜਿਹੜਾ ਇਹਨੂੰ ਟੇਪ ਦੀ ਜਗ੍ਹਾ ਯੂਜ਼ ਕਰ ਸਕਦੇ ਹਾਂ।
तुम जानते हो ग्लू गन तो 40 वाट की जी ग्लू गन हैगी मंगवाई है तो ये छोटी जी ग्लू स्टिक भी पी है तुम देख सकते हो। ये हैगी जी अपनी चार्जर की USB तो ये मंगवाई थी अलग की तो इन्हें अपनी चार ग्लू स्टिक बाकी कुछ नहीं है जैसे खाली हो गया। बाकी अज की यही सही साड़ी जी अनबॉक्सिंग की वीडियो तो बाकी जो सारा समान जो सही आया पर जी तारा जी थोड़ी जी बेकार जी लगदिया ने तुम देख सकते हो थोड़ी जी खराब हुई ने तो इन्हों का प्राइस जोड़ा है सारे का दस दें देख सकते हो मैं लिखा भी है तुम देख सकते हो ये सारी चीज़ का जो प्राइस लिखा हुआ ये जो लगभग 100 रुपये का 122 रुपये की है लाइट बाकी जिन्होंने तो आप ऑर्डर की थोड़ा जो नंबर है डिस्क्रिप्शन के दे देंगे तो बाकी तुम देख के लै सकते हो समान तो जो सस्ता मिल जाता है बाकी थोड़ा जो डिलीवरी के दे पैसे देने पैदा है जिमें कूरियर का हो जाता है खर्चा वो देना पैदा है तो बाकी थोड़ा जहा देख के इदा दीज़ा थोड़ी देख के लैनी पैंती है तो बाकी समान जो अपने को ठीक ही आया पहले वाला जो अपना पैकेट से वह जो बहुत ही वधिया समान आया समान तो यह भी ठीक है बस सिर्फ जी कमी दिखी है करके जरूर तो दस्यो भीर कि जो जो पैकेट वाला समान ज़्यादा वधिया लगे आ कि जो दूजा बॉक्स वाला सी थोड़े सामने समान पे आया कमेंट करके जरूर तो दस्यो।